ਤੁਸੀਂ ਨਿਯਮ ਤੇ ਕਾਨੂੰਨ ਛਿੱਕੇ ਨਾ ਟੰਗੋ, ਨਿਯਮ ਤੇ ਕਾਨੂੰਨ ਅਨੁਸਾਰ ਨੌਕਰੀ ਕਰਨੀ ਸਿੱਖ ਲਓ ਆਪਦੀ। ਕਿਉਂ ਇਹਨਾਂ ਲੂੰਬੜ ਬੇਈਮਾਨਾਂ ਦੇ ਆਖੇ ਲੱਗ ਕੇ ਤੁਸੀਂ ਕਾਨੂੰਨ ਤੇ ਨਿਯਮ ਛਿੱਕੇ ਟੰਗਦੇ ਹੋ? ਮੈਂ ਕਿਹਾ ਮੈਂ ਮੀਟਿੰਗ 'ਚ ਜਾਣਾ ਹੀ ਨਹੀਂ ਗਾ, ਮੈਨੂੰ ਇਨਵੀਟੇਸ਼ਨ ਮੀਟਿੰਗ ਦਾ ਨਹੀਂ ਹੈਗਾ, ਸਾਡੀ ਪਾਰਟੀ ਨੂੰ ਨਹੀਂ ਸੱਦਿਆ, ਅਸੀਂ ਬਿਲਕੁਲ ਨਹੀਂ ਜਾਵਾਂਗੇ ਮੀਟਿੰਗ 'ਚ। ਪਰ ਤੁਸੀਂ ਮੈਨੂੰ ਪੰਜਾਬ ਭਵਨ ਵੜਨ ਤੋਂ ਥੋੜੀ ਰੋਕ ਲਓਗੇ? ਧੱਕੇਸ਼ਾਹੀ ਕਰਾਂ ਕੀ ਕਰਨਗੇ FIR ਜੇਲ੍ਹ? ਅਸੀਂ ਨਾ ਇਹਨਾਂ ਦੀ FIR ਨਾ ਜੇਲ੍ਹ ਤੋਂ, ਪਰ ਪੰਜਾਬ ਦੇ ਹਕੂਕ ਦੀ ਰਾਖੀ ਵਾਸਤੇ ਅਸੀਂ ਆਖਰੀ ਦਮ ਤੱਕ ਲੜਾਈ ਲੜਾਂਗੇ। ਆਜ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ 'ਚ ਤੇਜ਼ੀ ਨਾਲ ਘਟ ਰਹੇ ਜਲ ਵਸੀਲਿਆਂ ਦੇ ਮੱਦੇਨਜ਼ਰ ਰਣਨੀਤੀ ਤਿਆਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਵਨ 'ਚ ਅੱਜ ਸਰਮ ਪਾਰਟੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ 'ਚ ਜਿੱਥੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਦਲ ਸ਼ਾਮਿਲ ਹੋਏ ਹਨ, ਉੱਥੇ ਹੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ ਭਵਨ ਦੇ ਬਾਹਰ ਧਰਨਾ ਲਾਇਆ ਗਿਆ ਹੈ। ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਇਸ ਆਲ ਪਾਰਟੀ ਮੀਟਿੰਗ 'ਚ ਉਹਨਾਂ ਦੀ ਪਾਰਟੀ ਨੂੰ ਸੱਦਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਨਾਰਾਜ਼ ਹਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਵਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਨੂੰ ਸੱਦਾ ਨਾ ਦਿੱਤੇ ਜਾਣ ਤੇ ਕੈਪਟਨ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਾਣੀ ਦਾ ਮੁੱਦਾ ਬਹੁਤ ਹੀ ਚਿੰਤਾ ਦਾ ਵਿਸ਼ਾ, ਜਿਸ 'ਤੇ ਉਹ ਜ਼ਬਰਦਸਤ ਧਰਨਾ ਦੇਣਗੇ, ਫਿਰ ਭਾਵੇਂ ਉਹ ਪਾਣੀ ਦੀਆਂ ਵਾਛੜਾਂ ਹੋਣ, ਪੁਲਿਸ ਦੇ ਡੰਡੇ ਪੈਣ ਜਾਂ ਉਹਨਾਂ ਦਾ ਸਿਰ ਫਟ ਜਾਵੇ, ਪਰ ਉਹ ਆਪਣੇ ਧਰਨੇ ਤੋਂ ਪਿੱਛੇ ਨਹੀਂ ਹਟਣਗੇ। ਪੰਜਾਬ ਭਵਨ ਦੇ ਬਾਹਰ ਧਰਨਾ ਲਾਉਂਦੇ ਵਕਤ ਸਿਮਰਜੀਤ ਸਿੰਘ ਬੈਂਸ ਦੀ ਤੇ ਉਹਨਾਂ ਦੇ ਹੋਰ ਵਰਕਰਾਂ ਦੀ ਪੁਲਿਸ ਨਾਲ ਝੜਪ ਵੀ ਹੋ ਗਈ। ਆਓ ਤੁਹਾਨੂੰ ਲੈ ਚੱਲਦੇ ਹਾਂ ਤਾਜ਼ਾ ਤਸਵੀਰਾਂ ਦੇ ਬਾਰੇ। ਜ਼ਿੰਮੇਵਾਰ ਅਫਸਰ ਹੋ ਤੁਸੀਂ, ਮੈਨੂੰ ਉਹ ਹੁਕਮ ਦਿਖਾ ਦਿਓ ਵੀ ਆਹ ਹੁਕਮ ਹੈਗਾ, ਇਸ ਹੁਕਮ ਦੇ ਤਹਿਤ ਅਸੀਂ ਤੈਨੂੰ ਅੰਦਰ ਵੜਨ ਦਿੰਦੇ? ਤੁਸੀਂ ਨਿਯਮ ਤੇ ਕਾਨੂੰਨ ਛਿੱਕੇ ਨਾ ਟੰਗੋ, ਨਿਯਮ ਤੇ ਕਾਨੂੰਨ ਅਨੁਸਾਰ ਨੌਕਰੀ ਕਰਨੀ ਸਿੱਖ ਲਓ ਆਪਦੀ। ਕਿਉਂ ਇਹਨਾਂ ਲੂੰਬੜ ਬੇਈਮਾਨਾਂ ਦੇ ਆਖੇ ਲੱਗ ਕੇ ਤੁਸੀਂ ਕਾਨੂੰਨ ਤੇ ਨਿਯਮ ਛਿੱਕੇ ਟੰਗਦੇ ਹੋ? ਤੁਹਾਡੇ ਕੋਲ ਕੋਈ ਹੈਗਾ? ਮੈਂ ਰਿਸਪੈਕਟਫੁਲੀ ਤੁਹਾਡੇ ਨਾਲ ਕੋਈ ਆਰਗੂ ਨਹੀਂ ਕਰੂੰਗਾ, ਵਾਪਸ ਜਾਊਂਗਾ ਆਪਣੀ ਗੱਡੀ 'ਚ। ਤੁਹਾਡੇ ਕੋਲ ਕੋਈ ਹੁਕਮ ਨਹੀਂ ਹੈਗਾ, ਤੁਸੀਂ ਮੀਟਿੰਗ ਦੇ ਵਿੱਚ ਆਮ ਨੋਟ ਇਨਵਾਈਟਡ, ਮੈਨੂੰ ਨਹੀਂ ਸੱਦਾ ਪੱਤਰ, ਮੈਂ ਮੀਟਿੰਗ 'ਚ ਜਾਊਂਗਾ ਕਿਉਂ? ਪਰ ਤੁਸੀਂ ਮੈਨੂੰ ਪੰਜਾਬ ਭਵਨ 'ਚ ਵੜਨ ਤੋਂ ਰੋਕੋਗੇ? ਇਹ ਸਾਰਾ ਕੁਛ ਰਿਕਾਰਡ ਹੋ ਰਿਹਾ ਬ੍ਰਦਰ, ਨਾ ਆਪਣੀ ਇਹ ਗੱਲ ਤੁਸੀਂ, ਇਹ ਤੁਹਾਨੂੰ ਐਡਵਾਈਸ ਆ, ਨੌਕਰੀਆਂ ਬੜੀਆਂ ਔਖੀਆਂ ਮਿਲਦੀਆਂ, ਲੋਕ ਜਦੋਂ ਬਿੱਲੇ ਦੇ ਪੈਰਾਂ ਨੂੰ ਸੇਕ ਲੱਗਦਾ ਬਲੂੰਗੜੇ ਪੈਰਾਂ ਥੱਲੇ ਆ ਜਾਂਦੇ ਆ, ਲੋਕਾਂ ਨੂੰ ਪੈਰਾਂ ਥੱਲੇ ਨਹੀਂ ਪਰਵਾਹ ਨਾ, ਤੇ ਹੁਕਮ ਕਿਹੜਾ ਤੁਹਾਡੇ ਕੋਲੇ? ਸੁਣ ਲਓ ਇਹ ਸਾਹਿਬ ਨੂੰ ਨੌਕਰੀ ਦੀ ਨਹੀਂ ਪਰਵਾਹ, ਮੈਂ ਇਹੀ ਕਹਿੰਦਾ ਡਿਊਟੀ ਦਿਖਾਓ, ਕੋਈ ਕਾਗਜ਼ ਤੁਸੀਂ ਮੈਨੂੰ ਕੋਈ ਕਾਗਜ਼ ਦਿਖਾਓ, ਜਿਹੜਾ ਕਾਗਜ਼ ਸਾਨੂੰ ਲਿਸਟ ਦਿਖਾਤੀ ਆ, ਲਿਸਟ 'ਚ ਨਾਮ ਨਹੀਂ, ਲਿਸਟ ਦੇ ਵਿੱਚ ਨਾਮ ਨਹੀਂ, ਆਪ ਭਵਨ ਵੜਨ ਤੋਂ ਰੋਕ ਸਕਦੇ ਹੋ? ਜਦੋਂ ਮੀਟਿੰਗ ਚੱਲਦੀ ਮੀਟਿੰਗ 'ਚ ਨਹੀਂ ਜਾਣਾ, ਮੈਂ ਮੀਟਿੰਗ 'ਚ ਜਾਣਾ ਹੀ ਨਹੀਂ ਗਾ, ਮੈਂ ਕਹਿ ਰਿਹਾ ਮੈਂ ਪੰਜਾਬ ਭਵਨ ਜਾਣ ਦੀ ਰੋਕੋਗੇ? ਪੰਜਾਬ ਭਵਨ ਦੀ ਬਿਲਡਿੰਗ ਤੁਸੀਂ ਰੋਕੋਗੇ? ਮੈਨੂੰ ਰੋਕ ਸਕਦੇ? ਮੀਟਿੰਗ ਚੱਲਦੀ ਹੈ, ਮੈਂ ਕਹਾਂ ਮੈਂ ਮੀਟਿੰਗ 'ਚ ਜਾਣਾ ਹੀ ਨਹੀਂ ਗਾ, ਮੀਟਿੰਗ ਚੱਲਦੀ ਹੈ, ਮੀਟਿੰਗ ਮੈਨੂੰ ਇਨਵੀਟੇਸ਼ਨ ਮੀਟਿੰਗ ਦਾ ਨਹੀਂ ਹੈਗਾ, ਸਾਡੀ ਪਾਰਟੀ ਨੂੰ ਨਹੀਂ ਸੱਦਿਆ, ਅਸੀਂ ਬਿਲਕੁਲ ਨਹੀਂ ਜਾਵਾਂਗੇ ਮੀਟਿੰਗ 'ਚ। ਪਰ ਤੁਸੀਂ ਮੈਨੂੰ ਪੰਜਾਬ ਭਵਨ ਵੜਨ ਤੋਂ ਥੋੜੀ ਰੋਕ ਲਓਗੇ? ਮੈਂ ਕੱਲ ਟੈਲੀਫੋਨ ਕੀਤਾ ਜਿਹੜੇ
ਕੋਆਰਡੀਨੇਸ਼ਨ ਪ੍ਰਿੰਸੀਪਲ ਸਕੱਤਰ ਹੈਗੇ ਮਿਸਟਰ ਅਲੋਕ ਸ਼ਿਖਰ, ਮੇਰੀ ਉਹਨਾਂ ਨਾਲ ਗੱਲ ਹੋਈ ਟੈਲੀਫੋਨ ਦੇ ਉੱਤੇ। ਅਲੋਕ ਸ਼ਿਖਰ ਜੀ ਕਹਿੰਦੇ ਮੈਨੂੰ 10 ਮਿੰਟ ਦਿਓ, 10 ਮਿੰਟ ਬਾਅਦ ਉੱਥੇ ਉਸ ਬ੍ਰਾਂਚ ਦੇ ਸੁਪਰਡੈਂਟ ਮਿਸਟਰ ਕਮਲ ਕੁਮਾਰ ਜੀ ਦਾ ਮੈਨੂੰ ਕਾਲ ਆਉਂਦੀ ਆ। ਉਹ ਕਹਿੰਦੇ ਜੀ ਬਾਕੀ ਪਾਰਟੀਆਂ ਜਿਹੜੇ ਸਾਹਿਬ ਕੋਲ ਲਿਸਟ ਆ, ਬਾਕੀ ਪਾਰਟੀਆਂ ਦੇ ਨਾਮ ਹੈਗੇ ਆ, ਤੁਹਾਡੀ ਪਾਰਟੀ ਦਾ ਨਾਮ ਨਹੀਂ ਹੈਗਾ। ਕੈਪਟਨ ਅਮਰਿੰਦਰ ਸਿੰਘ ਸੱਚਾਈ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਆ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇਮਾਨਦਾਰ ਨਹੀਂ ਹੈਗੇ, ਬੇਈਮਾਨ ਨੇ। ਉਹ ਪਾਰਟੀ ਦੋਸਤ ਜਿਹਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਇੰਨਾ ਸਟਰਗਲ ਕੀਤਾ ਹੋਵੇ, ਇੰਨੀ ਵੱਡੀ ਜਾਣਕਾਰੀ ਹਾਸਲ ਕੀਤੀ ਹੋਵੇ, PhD ਕਰ ਲਈ ਹੋਵੇ ਪਾਣੀਆਂ ਦੇ ਉੱਤੇ, ਇਹ ਕੋਈ ਕਾਨੂੰਨਦਾਨ, ਕੋਈ ਵੱਡੇ ਤੋਂ ਵੱਡਾ ਵਕੀਲ ਜਿਹੜਾ ਦਰਿਆਈ ਪਾਣੀਆਂ ਦੀ ਕੈਨਲ ਵਾਟਰ ਦੀ ਕਰਦਾ ਹੋਵੇ ਪ੍ਰੈਕਟਿਸ, ਮੇਰੇ ਸਾਹਮਣੇ ਲਿਆ ਕੇ ਬਿਠਾ ਦੇਣ ਮੀਡੀਆ ਦੀ ਹਾਜ਼ਰੀ 'ਚ, ਮੈਂ ਝੂਠਾ ਹੋਵਾਂ, ਮੇਰੀ ਗੱਲ ਸੱਚੀ ਨਾ ਹੋਵੇ, ਮੈਂ ਰਾਜਨੀਤੀ ਛੱਡ ਕੇ ਘਰੇ ਚੱਲ ਜਾਊਂਗਾ। ਕੈਪਟਨ ਅਮਰਿੰਦਰ ਸਿੰਘ ਅੱਜ ਸਾਨੂੰ ਉਸ ਮੀਟਿੰਗ ਦੇ ਵਿੱਚ ਬੁਲਾਉਣ ਤੋਂ ਭੱਜੇ ਆ, ਉਹਦਾ ਕਾਰਨ ਕੀ ਹੈ? ਕੈਪਟਨ ਅਮਰਿੰਦਰ ਸਿੰਘ ਨੂੰ ਸਭ ਪਤਾ ਹੈ ਵੀ ਇਹਨਾਂ ਦੇ ਕੋਲ ਸੱਚਾਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਵੀ ਇਹਨਾਂ ਨੇ ਪੁੱਟ ਖਾਣ ਤੋਂ ਬਾਅਦ 16 ਨਵੰਬਰ 2016 ਨੂੰ ਪ੍ਰਸਤਾਵ ਪਾਸ ਕਰਾਇਆ ਪਾਣੀਆਂ ਦੇ ਕੀਮਤ ਵਸੂਲੀ ਦਾ, ਉਹਦੇ ਤੋਂ ਉੱਤੇ ਕੈਪਟਨ ਸਾਹਿਬ ਨਹੀਂ ਹੈਗੇ। ਜਾਣ ਦਿਓ ਅੰਦਰ, ਹਟ ਦੋ ਉਸ ਪਰੇ। ਜਿਹੜੀ ਨੈਸ਼ਨਲ ਚ ਰਜਿਸਟਰਡ ਪਾਰਟੀ ਹੈ ਨਾ, ਉਹਨਾਂ ਦੀ ਮੀਟਿੰਗ ਪੰਜਾਬ ਦਾ ਪੰਜਾਬ ਭਵਨ ਤੇ ਰੋਕਣ ਦਾ, ਰੋਕ ਲੈਗਾ ਪਾਰਟੀ ਹੈ ਨਾ, ਮੈਂ ਕਿਹਾ ਮੈਨੂੰ ਰੋਕ ਲੈਗਾ ਪੰਜਾਬ ਭਵਨ ਵੜਨ ਤੋਂ, ਮੈਂ ਵੜਨ ਦੀ ਕੋਸ਼ਿਸ਼ ਕਰਾਂਗਾ। ਹਾਂ ਰੋਕ ਲਿਆ, ਨਹੀਂ ਨਹੀਂ ਕਿੰਨੇ ਕਿੰਨੇ ਜਾਣੇ ਆ, ਕਿੰਨੇ ਜਾਣੇ ਆ, ਥਾਣੇਦਾਰੀ ਬੜੀ ਕਿਹਾ ਦੋਸਤ ਆਪ ਸੈਂਟਰ ਮੈਂ ਆ ਜਾਓ, ਵਧੀਆ ਰਹੇਗਾ ਜ਼ਿਆਦਾ। ਪੰਜਾਬ ਪੁਲਿਸ ਦਾ ਇੰਸਪੈਕਟਰ ਬਦਤਮੀਜ਼ੀ ਦੇ ਨਾਲ ਗੱਲ ਕਰਦੇ ਮੈਂ ਨਾ, ਮੈਂ ਦੇਖਿਆ ਉਹਦਾ ਮੁੰਡਿਆਂ ਨੇ ਨੋਟ ਵੀ ਕੀਤਾ, ਨੋਟ ਪ੍ਰੋਟੈਸਟ, ਤੁਸੀਂ ਨਿਯਮ ਤੇ ਕਾਨੂੰਨ ਛਿੱਕੇ ਟੰਗੋ, ਅਸੀਂ ਆਪਣਾ ਪ੍ਰੋਟੈਸਟ ਨਾ ਕਰ ਸਕੀਏ। ਅਸੀਂ ਪੁੱਛਦੇ ਆ ਵੀ ਭਾਈ ਤੁਸੀਂ ਆਰਡਰ ਦੇ ਦਿਓ ਜਿਹੜਾ ਕੋਈ ਮੁੱਖ ਮੰਤਰੀ ਜਾਂ ਕਿਸੇ ਮੁੱਖ ਮੰਤਰੀ ਦੇ ਅਹਿਲਕਾਰ ਦਾ, ਤੇ ਤੁਸੀਂ ਨਿਯਮ ਕਾਨੂੰਨ ਛਿੱਕੇ ਟੰਗੋ, ਸਾਡੇ ਕੋਲ ਨਹੀਂ ਆਰਡਰ, ਪਰ ਅਸੀਂ ਤੁਹਾਨੂੰ ਪੰਜਾਬ ਭਵਨ ਨਹੀਂ ਵੜਨ ਦੇਣਾ। ਇਹ ਨਾਦਰਸ਼ਾਹੀ ਕਦੇ ਵੀ ਲੋਕ ਇਨਸਾਫ ਪਾਰਟੀ ਨੂੰ ਪੰਜਾਬ ਦੇ ਹੱਕਾਂ ਲਈ ਜੂਝਣ ਤੋਂ ਰੋਕ ਨਹੀਂ ਸਕਦੇ। ਅਸੀਂ ਪੰਜਾਬ ਦੇ ਹਿੱਤਾਂ ਵਾਸਤੇ, ਪੰਜਾਬ ਦੇ ਅੰਦਰੋਂ ਲੂਟ ਮਾਫੀਆ ਖਤਮ, ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਜੇਲ੍ਹ ਜਾਣਾ ਪਵੇ, ਥਾਣੇ ਜਾਣਾ ਪਵੇ, ਅਸੀਂ ਡਰਨ ਵਾਲੇ ਨਹੀਂ ਕਿਸੇ ਕੋਲੋਂ।
ਕੈਪਟਨ ਸਰਕਾਰ ਮਰਦਾਬਾਦ। ਅਗਲਾ ਕੀ ਸਟੈਂਡ ਹੈ? ਅਗਲਾ ਕੀ ਸਟੈਂਡ ਹੈ? ਪੁਲਿਸ ਨੇ ਤਾਂ ਤੁਹਾਨੂੰ ਅੰਦਰ ਜਾਣ ਨਹੀਂ ਦਿੱਤਾ, ਹੁਣ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਲੈ ਜਾਣ ਸਾਨੂੰ ਫੜ ਕੇ ਤੁਹਾਨੂੰ ਗ੍ਰਿਫਤਾਰ ਕਰਕੇ ਹੁਣ ਥਾਣੇ। ਸੁਣੋ ਮੇਰੀ ਗੱਲ ਸੁਣੋ, ਅਸੀਂ ਕਿੰਨੇ ਜਾਣੇ ਆ? 5-7 ਜਾਣੇ ਹੈ ਤੇ ਪੁਲਿਸ ਜੇ ਸਾਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਸ ਬਦਨੀਤੀ ਦਾ ਗਿਆਨ ਹੁੰਦਾ, ਸਾਨੂੰ ਪਤਾ ਹੁੰਦਾ, ਅਸੀਂ ਵੀ ਆਪਣੀ ਪਾਰਟੀ ਨੂੰ ਸੁਣਿਆ ਤੇ ਸਾਰੇ ਜ਼ਿਲ੍ਹਿਆਂ ਨੂੰ ਵੀ ਆਓ ਚੱਲੀਏ। ਸੋ 5-7 ਬੰਦਿਆਂ ਨੂੰ ਇੱਕ DSP SP ਦੂਜੇ ਤੀਜੇ ਹਵਲਦਾਰ ਤੇ ਇੰਸਪੈਕਟਰ ਲੋਕ ਅਸੀਂ 5-7 ਨਾਲ ਧੱਕੇਸ਼ਾਹੀ ਕਰਾਂ, ਕੀ ਕਰਨਗੇ? FIR ਜੇਲ੍ਹ ਅਸੀਂ ਨਾ ਇਹਨਾਂ ਦੀ FIR ਨਾ ਜੇਲ੍ਹ ਤੋਂ, ਪਰ ਪੰਜਾਬ ਦੇ ਹਕੂਕ ਦੀ ਰਾਖੀ ਵਾਸਤੇ ਅਸੀਂ ਆਖਰੀ ਦਮ ਤੱਕ ਲੜਾਈ ਲੜਾਂਗੇ।